ਗਰੀਬ ਬੱਚਿਆਂ ਦਾ ਹੋਇਆ ਹੈ ਜਿਹੜਾ ਕਦੇ ਕਦੇ ਸਾਫ਼ ਸੁਥਰੇ ਕੱਪੜੇ ਪਾ ਲੈਂਦਾ ਨਾ ਅਤੇ ਸ਼ਰਮਿੰਦਾ ਸ਼ਰਮਿੰਦਾ ਜਿਹਾ ਫਿਰਦਾ ਹੁੰਦਾ ਅਤੇ ਉਹ ਗਰੀਬਾਂ ਦੇ ਬਾਲ ਈਦ ਦਿਹਾੜੇ ਕੋ ਚੰਗੇ ਕੱਪੜੇ ਪਾ ਲੈਣ ਅਤੇ ਉਹ ਜਿਹੜੇ ਤਗੜੇ ਹੁੰਦੇ ਨੇ ਰੋਜ਼ ਚੰਗੇ ਕੱਪੜੇ ਪਾਉਣ ਵਾਲੇ ਉਹ ਅਕਸਰ ਉਹਨੂੰ ਕਹਿੰਦੇ ਨੇ ਓਏ ਅੱਜ ਕੀ ਕੀਤਾ ਹੈ ਅਤੇ ਉਹ ਕਹਿੰਦਾ ਜੀ ਮੈਨੂੰ ਹੀ ਕੀਤਾ ਅੱਬੇ ਨੇ ਪਵਾ ਦਿੱਤੇ ਸਨ ਅਤੇ ਮੈਂ ਪਰਸਨਲੀ ਉਸੇ ਕੈਫੀਅਤ ਦਾ ਸ਼ਿਕਾਰ ਹਾਂ ਉਹਦੇ ਕਿ ਅਸੀਂ ਸਾਰੀ ਜ਼ਿੰਦਗੀ ਵਰਕਰ ਕਲਾਸ ਦੇ ਲੋਕ ਹੈਗੇ ਹਾਂ ਸਾਰੀ ਜ਼ਿੰਦਗੀ ਅਸੀਂ ਪਿੱਛੇ ਸੀਟਾਂ 'ਤੇ ਬਹਿਣ ਵਾਲੇ ਲੋਕ ਹਾਂ ਮੈਨੂੰ ਨਹੀਂ ਪਤਾ ਕਿ ਸੂਰਜ ਸਦਫ ਸਾਹਿਬਾਂ ਨੂੰ ਕਿੱਥੋਂ ਇਹ ਖਿਆਲ ਆ ਗਿਆ ਅਤੇ ਉਹਨਾਂ ਨੇ ਐਡਾ ਵੱਡਾ ਇਜਾਜ਼ ਮੈਨੂੰ ਦੇ ਦਿੱਤਾ ਲੇਕਿਨ ਅਸਲ ਗੱਲ ਇਹੀ ਹੈਗੀ ਹੈ ਕਿ ਮੈਂ ਖੁਦਾ ਗੋਆ ਕਦੇ ਸੋਚ ਵੀ ਨਹੀਂ ਸਕਦਾ ਸਾਂ ਕਿ ਮੈਂ ਵੀ ਹਾਲਾਤ ਦੇ ਜਬਰ ਦਾ ਸ਼ਿਕਾਰ ਹੋ ਕੇ ਅਤੇ ਇਸ ਤਰ੍ਹਾਂ ਤੁਹਾਡੇ ਸਾਹਮਣੇ ਬੈਠਾਂਗਾ ਮੈਂ ਪਹਿਲਾਂ ਤਾਂ ਫਰਦਨ ਸ਼ਾਇਦ ਮੈਂ ਭੁੱਲ ਜਾਂ ਨਾ ਲੇਕਿਨ ਇਸ ਟਾਈਮ ਮੁਦਸਰ ਇਕਬਾਲ ਬਾਟ ਸਾਹਿਬ ਮੇਰੇ ਵੱਡੇ ਭਾਈ ਨੇ ਮੌਜੂਦ ਨੇ ਨਵੀਰ ਚੋਏ ਸਾਹਿਬ ਦੀ ਗ੍ਰੇਟ ਨਵੀਰ ਸਾਹਿਬ ਇੱਕ ਮੈਂ ਸਮਝਦਾ ਕਿ ਇਸ ਟਾਈਮ ਅਸਰੇ ਹਾਜ਼ਰ ਦੇ ਐਡੀਟਰਸ ਸ਼ਾਇਦ ਬਹੁਤ ਹੀ ਨੇ ਬੇਸ਼ੁਮਾਰ ਐਡੀਟਰਸ ਨੇ ਲੇਕਿਨ ਤਾਲੀਮ ਯਾਫਤਾ ਪੜ੍ਹਿਆ ਲਿਖਿਆ ਐਕੋਰੇਟ ਅਤੇ ਜਿਹਨੂੰ ਕਹਿੰਦੇ ਨੇ ਨਾ ਬਿਲਕੁਲ ਕਲੀਅਰ ਹੈਡਿਡ ਜਿਹੜੇ ਥੋੜ੍ਹੇ ਜਿਹੇ ਸਾਫ਼ੀ ਨੇ ਉਹਨੇ ਨਵੀਂ ਚੋਈ ਸਾਹਿਬ ਵੀ ਸ਼ੁਮਾਰ ਹੁੰਦੇ ਨੇ ਅਤੇ ਮੈਨੂੰ ਮੇਰੀ ਬੜੀ ਖੁਸ਼ਬਖਤੀ ਹੈ ਕਿ ਚੋਈ ਸਾਹਿਬ ਇੱਥੇ ਤਸ਼ਰੀਫ ਲਿਆਏ ਨੇ ਔਰ ਉਹਨਾਂ ਦੀ ਮਿਹਰਬਾਨੀ ਮੁਹੱਬਤ ਹੈ ਕਿ ਉਹਨਾਂ ਨੇ ਮੈਨੂੰ ਯਾਦ ਰੱਖਿਆ ਨਦੀਮ ਵਾਈ ਸਾਹਿਬ ਮੇਰੇ ਬਹੁਤ ਪੁਰਾਣੇ ਭਾਈ ਨੇ ਦੋਸਤ ਨੇ ਹਮੇਸ਼ਾ ਕਿਸੇ ਥਾਂ 'ਤੇ ਕਿਸੇ ਮੌਕੇ ਦੇ ਉੱਤੇ ਕਿਸੇ ਵੀ ਗੱਲ ਦੇ ਉੱਤੇ ਜਦੋਂ ਲੋੜ ਪੈਂਦੀ ਹੈ ਅਤੇ ਇਹ ਮੌਜੂਦ ਹੁੰਦੇ ਨੇ ਅੱਜ ਵੀ ਇਹਨਾਂ ਦੀ ਮੁਹੱਬਤ ਇਹਨਾਂ ਦੀ ਸ਼ਫਕਤ ਸ਼ਾਇਦ ਕਾਦਰ ਸਾਹਿਬ ਦੀ ਗ੍ਰੇਟ ਇਹ ਮੈਂ ਸਮਝਦਾ ਕਿ ਜੇ ਤੁਸੀਂ ਤੁਹਾਡੇ ਕੋਲ ਗਰੀਬ ਬੰਦਾ ਲੰਘ ਰਿਹਾ ਸੀ ਅਤੇ ਪੈਡਲ ਫੜਿਆ ਸੀ ਅਤੇ ਕਿਸੇ ਨੇ ਪੁੱਛਿਆ ਕਿੱਥੇ ਚੱਲਣਾ ਤਾਂ ਉਹਨੇ ਕਿਹਾ ਮੈਂ ਇਹਦੇ ਸਾਈਕਲ ਪਵਾਉਣ ਚੱਲਾਂ ਅਤੇ ਸ਼ਾਇਦ ਕਾਦਰ ਨੂੰ ਉਹ ਵਸ ਫਾਸਿਲ ਹੈ ਕਿ ਤੁਸੀਂ ਸਿਰਫ ਇੱਕ ਪੈਡਲ ਫੜਾ ਦਿਓ ਅਤੇ ਸਾਈਕਲ ਬਣਾਉਣਾ ਸ਼ਾਇਦ ਕਾਦਰ ਸਾਹਿਬ ਦਾ ਕੰਮ ਹੈ ਅਤੇ ਮਿਹਰਬਾਨੀ ਉਹ ਆਏ ਬਹੁਤ ਸਾਰੇ ਲੋਕਾਂ ਨੂੰ ਇੱਦਾਂ ਮੈਂ ਨਾਂ ਨਹੀਂ ਯਾਦ ਰੱਖ ਸਕਦਾ ਸਾਨਾ ਕੋਕਾ ਸਾਹਿਬਾ ਤਸ਼ੀਫ ਫਰਮਾ ਨੇ ਔਰ ਮੈਂ ਤਾਂ ਇਮਾਨਦਾਰੀ ਦੀ ਗੱਲ ਹੈ ਜਦੋਂ ਮੈਂ ਪ੍ਰੋਗਰਾਮ ਕਰਦਾ ਹੁੰਦਾ ਸਾਂ ਅਤੇ ਜਦੋਂ ਮੈਨੂੰ ਪਤਾ ਚੱਲਦਾ ਸੀ ਕਿ ਇਹ ਆ ਰਹੀਆਂ ਨੇ ਤਾਂ ਮੈਂ ਥੱਲੇ ਬਰਫ਼ ਦੇ ਦੋ ਕੰਟੇਨਰ ਰੱਖਦਾ ਸਾਂ ਕਿ ਹੁਣ ਅੱਗ ਲੱਗ ਜਾਣੀ ਹੈ ਅਤੇ ਕਿਸ ਤਰ੍ਹਾਂ ਠੰਡੀ ਕੀਤੀ ਜਾਏ ਖਿੱਚੀ ਸਾਹਿਬ ਮੌਜੂਦ ਨੇ ਕਿਹਾ ਇਹਨਾਂ ਨੇ ਕਮਰਸ਼ਲ ਇਸ ਵਾਰੀ ਦਿੱਤਾ ਅਤੇ ਇਹਨਾਂ ਦੀ ਮਿਹਰਬਾਨੀ ਕਾਸ਼ਿਫ ਬਸ਼ੀਰ ਮੇਰੀ ਪਰਸਨਲ ਰਿਕੁਐਸਟ 'ਤੇ ਆਏ ਇਹਨਾਂ ਦੀ ਮਿਹਰਬਾਨੀ ਮੈਂ ਬਹੁਤ ਸਾਰੇ ਚਿਹਰੇ ਨੇ ਜ਼ਿਕਰੀਆ ਬਟ ਮੇਰਾ ਯਾਰ ਇੱਥੇ ਬੈਠਾ ਹੈ ਮੇਰਾ ਮੇਰੇ ਜਮਹੂਰੀ ਸਟਰਗਲ ਦਾ ਸਾਥੀ ਹੈ ਇੰਨੇ ਅਤੇ ਮੈਂ ਜਦੋਂ ਫੌਜ ਦਾ ਬੜਾ ਜ਼ੋਰ ਸੀ ਅਤੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਮੋਚੇ ਦਰਵਾਜ਼ੇ ਮੋਚੇ ਜਾ ਸਕਦਾ ਅਤੇ ਇਹ ਤਾਂ ਮੈਂ ਜੋਗਰਸ ਪਾ ਕੇ ਨਾਲੀ 'ਚੋਂ ਛਾਲਾਂ ਮਾਰਦੇ ਮੋੜਦੇ ਅਸੀਂ ਪਹੁੰਚੇ ਸਾਂ ਅਤੇ ਜ਼ਿਕਰੀਆ ਦੀ ਮਿਹਰਬਾਨੀ ਅਲੀ ਰਜ਼ਾ ਬੋਲਦੇ ਸਾਡੇ ਬੜੇ ਸੀਨੀਅਰ ਸਾਥੀ ਨੇ ਇਹ ਮੇਰੇ ਲਈ ਇਸਲਾਮਾਬਾਦ ਤੋਂ ਟੁਰ ਕੇ ਆਏ ਨੇ ਇਹਨਾਂ ਦੀ ਇਸ ਮੁਹੱਬਤ ਦਾ ਮੇਰੇ ਕੋਲ ਸਿਵਾਏ ਸ਼ੁਕਰੀਆ ਬਹੁਤ ਛੋਟਾ ਜਿਹਾ ਲਫ਼ਜ਼ ਮੈਂ ਨਹੀਂ ਅਦਾ ਕਰਾਂਗਾ ਅਤੇ ਇਹ ਮੁਹੱਬਤਾਂ ਹਮੇਸ਼ਾ ਕਰਜ਼ ਵਾਂਗਰ ਹੁੰਦੀਆਂ ਨੇ ਤੁਹਾਡੇ ਖਾਤੇ ਪਈ ਜਾਂਦੀਆਂ ਨੇ ਅਤੇ ਇੱਕ ਵਕਤ ਆਉਂਦਾ ਜਦੋਂ ਤੁਹਾਨੂੰ ਵੀ ਇਹਨੂੰ ਵਾਪਸ ਕਰਨਾ ਹੁੰਦਾ ਹੈ ਮੈਂ ਅਮਾਨੁੱਲਾ ਖਾਨ ਸਾਹਿਬ ਵੱਡੇ ਭਾਈ ਨੇ ਮੇਰੇ ਤਸ਼ਰੀਫ ਫਰਮਾ ਨੇ ਅਤੇ ਉਹਨਾਂ ਦੀ ਮਿਹਰਬਾਨੀ ਕਿ ਉਹ ਆਏ ਅਤੇ ਉਹ ਜਦੋਂ ਵੀ ਆਉਂਦੇ ਨੇ ਅੱਲਾ ਦਾ ਸ਼ੁਕਰ ਹੈਗਾ ਮੈਨੂੰ ਬਹੁਤ ਸਾਰੀ ਕਹਾਵਤਾਂ ਬੰਦੇ ਨੂੰ ਵਕਤ ਦੇ ਨਾਲ ਸਮਝ ਆਉਂਦੀਆਂ ਨੇ ਉਹ ਜਿਹੜੀ ਕਹਾਵਤ ਸੀ ਨਾ ਕਿ ਬੰਦਾ ਪੋਤਾ ਹੋ ਜਾਏ ਛੋਟਾ ਭਾਈ ਨਾ ਹੋਏ ਉਹ ਮੈਂ ਜਦੋਂ ਇਹਨਾਂ ਨੂੰ ਮਿਲਣਾ ਤਾਂ ਮੈਨੂੰ ਸਮਝ ਆਉਂਦੀ ਹੈ ਅਤੇ ਇਹਨਾਂ ਦੀ ਮਿਹਰਬਾਨੀ ਤਸ਼ਰੀਫ ਲਿਆਏ ਫਿਰ ਇੱਥੇ ਮੇਰਾ ਸ਼ਾਗਿਰਦ ਖਾਸ ਹਨੀਫ ਕਮਰ ਮੌਜੂਦ ਹੈ ਅਸਲ ਉਸਤਾਦ ਹੁੰਦਾ ਜਿਸਦੇ ਸ਼ਾਗਿਰਦ ਉਹਦੇ ਤੋਂ ਦੋ ਕਦਮ ਅੱਗੇ ਜਾਣ ਹਨੀਫ ਕਮਰ ਨੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਿੰਨਾ ਕੰਮ ਕੀਤਾ ਔਰ ਜਿੰਨੀ ਕਾਮਯਾਬੀਆਂ ਹਾਸਿਲ ਕੀਤੀਆਂ ਆਈ ਐਮ ਪ੍ਰਾਊਡ ਆਫ ਹਨੀਫ ਕਮਰ ਕਿ ਮੈਂ ਉਹਦਾ ਨਾਂ ਉਹਦੀ ਮਿਹਰਬਾਨੀ ਹੈ ਕਿ ਉਹ ਕਹਿੰਦਾ ਜੀ ਸਾਰਿਆਂ ਨਾਲ ਮੇਰਾ ਉਸਤਾਦ ਹੈ ਹਾਲਾਂਕਿ ਉਹਨੂੰ ਦੇਖ ਕੇ ਹੀ ਲੱਗਦਾ ਕਿ ਮੈਂ ਉਹਦੇ ਕੋਲੋਂ ਸਿੱਖਣਾ ਸ਼ੁਰੂ ਕਰਨਾ ਕੰਮ ਅਤੇ ਉਹ ਮਿਹਰਬਾਨੀ ਬਹੁਤ ਸਾਰੇ ਚਿਹਰੇ ਨੇ ਮੈਨੂੰ ਨਾ ਮੈਨੂੰ ਨਹੀਂ ਯਾਦ ਰਹਿ ਪਾ ਰਿਹਾ ਹੈ ਉਸਤਾਦ ਸਾਡੇ ਚੌਧਰੀ ਖਾਦਮ ਸਾਹਿਬ ਵੀ ਤਸ਼ਰੀਫ ਫਰਮਾ ਨੇ ਜਾਵੇਦ ਇਕਬਾਲ ਮੇਰਾ ਲੰਗੋਤੀਆ ਮੌਜੂਦ ਹੈ ਇਨਾਮ ਸਾਹਿਬ ਮੌਜੂਦ ਨੇ ਜਿਹਨਾਂ ਜਿਹਨਾਂ ਦੀ ਨਜ਼ਰ ਆ ਰਹੀ ਹੈ ਮੈਨੂੰ ਰਿਹਾਨ ਅਜ਼ਹਰ ਸਾਹਿਬ ਮੌਜੂਦ ਨੇ ਇਹ ਸਾਡੇ ਗਰੀਬਾਂ ਦੇ ਭਾਈ ਮੁਰਾਦ ਨੇ ਅਤੇ ਇਹਨਾਂ ਦੀ ਮਿਹਰਬਾਨੀ ਠੀਕ ਹੈ ਹੁਮਾਇਰ ਸਲੀਮ ਸਾਹਿਬ ਤਸ਼ਰੀਫ ਫਰਮਾ ਨੇ
ਹੁਮਾਯੂੰ ਤੇ ਮੇਰਾ ਸਾਥ ਜਿਹੜਾ ਨਾ ਉਹ ਇੰਨਾ ਮਜ਼ਬੂਤ ਸਾਥ ਹੈਗਾ ਕਿ ਮੈਂ ਦੱਸ ਨਹੀਂ ਸਕਦਾ। ਔਰ ਹੁਮਾਯੂੰ ਦੀ ਖੂਬੀ ਹੈ ਵੀ ਅੱਲਾਹ ਨੂੰ ਹੋਰ ਇੱਜ਼ਤ ਦੇ, ਅੱਲਾਹ ਨੂੰ ਹੋਰ ਮੁਕਾਮ ਦੇ, ਅੱਲਾਹ ਨੂੰ ਹੋਰ ਅਰੂਜ ਅਤਾ ਫਰਮਾਏ। ਲੇਕਿਨ ਜਦੋਂ ਵੀ ਇਹਦੇ ਨਾਲ ਗੱਲ ਹੁੰਦੀ ਹੈ ਓਨੀ ਅਪਣਾਈਅਤ, ਓਨੀ ਮੁਹੱਬਤ, ਓਨੀ ਸ਼ਫਕਤ ਦੇ ਨਾਲ ਮੇਰੇ ਨਾਲ ਬੋਲਦਾ। ਮੈਂ ਉਹਦਾ ਮਸ਼ਕੂਰ ਹਾਂ। ਮੇਰਾ ਇੱਕ ਇੱਥੇ ਸ਼ਗੀਰਦ ਹੋਰ ਮੌਜੂਦ ਹੈਗਾ ਔਰ ਮਾਫ ਕਰਨਾ, ਮੈਂ ਉਮਰ ਦੀ ਵਜ੍ਹਾ ਨਾਲ ਮੈਨੂੰ ਨਾਂ ਜਿਹੜੇ ਨੇ ਭੁੱਲ ਜਾਂਦੇ ਨੇ। ਉਸਾਮਾ ਤੈਯਬ ਇੱਥੇ ਮੇਰੇ ਸਾਹਮਣੇ ਬੈਠਾ ਹੈ, ਅਦੀਲ ਬੈਠਾ ਹੈ, ਫਰਾ ਬੈਠੀ ਹੈ, ਕਿਹਦਾ ਕਿਹਦਾ ਨਾਂ ਨਾ, ਸ਼ੇਰ ਸ਼ਾਦਰਾ ਚੌਧਰੀ ਵਾਹਦ ਬੈਠਾ ਹੈ, ਰਾਣਾ ਤਨਵੀਰ ਬੈਠਾ ਹੈ। ਨਾਂ ਲੈਣ ਟੁਰਨਾ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਨਾ ਹੀ ਲੈਂਦਾ ਨਾ ਤਾਂ ਪ੍ਰੋਗਰਾਮ ਹੋ ਗਏ। ਚੰਦ ਚੀਜ਼ਾਂ ਤੁਹਾਡੇ ਨਾਲ ਕਰਨੀਆਂ ਸਨ। ਮੈਂ ਪਹਿਲਾਂ ਤੁਹਾਨੂੰ ਕਿਹਾ ਇਮਾਨਦਾਰੀ ਦੀ ਗੱਲ ਹੈ, ਖੁਦਾ ਗਵਾਏਗਾ ਕਿ ਮੈਂ ਕਦੇ ਵੀ ਨਹੀਂ ਸੋਚ ਸਕਦਾ ਸਾ ਕਿ ਮੈਂ ਇਸ ਤਰ੍ਹਾਂ ਬੈਠਾਂਗਾ ਔਰ ਇਸ ਤਰ੍ਹਾਂ ਮੈਨੂੰ ਅੱਲਾਹ ਤਾਲਾ ਇੱਜ਼ਤ ਦੇਵੇਗਾ। ਮੈਂ ਜਦੋਂ ਆ ਰਿਹਾ ਸਾਂ ਅਤੇ ਮੈਂ ਆਪਣੇ ਕੁਲੀਗ ਨੂੰ ਕਿਹਾ ਕਿ ਉਹਨੇ ਕਿਹਾ ਯਾਰ ਯੂ ਆਰ ਲੁਕਿੰਗ ਵਿਦ ਐਕਸਾਈਟਿਡ। ਮੈਂ ਉਹਨੂੰ ਕਿਹਾ ਕਿ ਜਨਾਬ ਗੱਲ ਹੈਗੀ ਹੈ ਕਿ ਇੱਕ ਬੱਚਾ ਜਿਹਨੇ 12 ਸਾਲ ਦੀ ਉਮਰ ਦੇ ਵਿੱਚ ਅਖਬਾਰ ਵੇਚਣੇ ਸ਼ੁਰੂ ਕੀਤੇ, ਬੱਸਾਂ 'ਚ ਅਖਬਾਰ ਵੇਚੇ, ਆਵਾਜ਼ਾਂ ਲਾ ਕੇ, ਇੱਕ ਬੱਚਾ ਜਿਹਨੇ ਪਕੌੜੇ ਵੇਚੇ, ਜਿਹਨੇ ਬਰਫ਼ ਦੇ ਗੋਲੇ ਵੇਚੇ, ਜਿਹਨੇ ਮਜ਼ਦੂਰੀਆਂ ਕੀਤੀਆਂ, ਇੱਟਾਂ ਚੁੱਕੀਆਂ, ਜਿਹਨੇ ਮਕਾਨ ਬਣਾਏ। ਮੈਨੂੰ ਹੁਣ ਤੱਕ ਯਾਦ ਹੈਗਾ ਬਹੁਤ ਅੱਛੀ ਤਰ੍ਹਾਂ ਕਿ ਮਾਰਸ਼ਲ ਦੇ ਦਿਨ ਸਨ ਅਤੇ ਮੈਂ ਅਤੇ ਮੇਰਾ ਵੱਡਾ ਭਰਾ ਸ਼ਾਨਵਾਜ਼ ਰਾਣਾ ਸਾਹਿਬ ਇੱਥੇ ਮੌਜੂਦ ਨੇ। ਉਹਨਾਂ ਦੀ ਤੁਸੀਂ ਨਾਲ ਸੁਣੀ ਅਤੇ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਉਹਨਾਂ ਦੇ ਸੀਨੇ ਦੇ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਬੋਲ ਰਹੀ ਸੀ। ਉਹ ਗਲੇ ਨਾਲ ਨਹੀਂ ਗਾ ਰਹੇ ਸਨ, ਉਹ ਦਿਲ ਨਾਲ ਨਾਲ ਪੜ੍ਹ ਰਹੇ ਸਨ, ਉਹ ਮੌਜੂਦ ਸਨ। ਅਤੇ ਕਰਫਿਊ ਦਾ ਟਾਈਮ ਬੜਾ ਲਿਮਿਟਿਡ ਹੁੰਦਾ ਸੀ ਅਤੇ ਸਵੇਰੇ 3 ਘੰਟੇ ਕਰਫਿਊ ਖੁੱਲ੍ਹਦਾ ਸੀ ਅਤੇ ਮੈਂ ਅਤੇ ਰਾਣਾ ਸਾਹਿਬ ਅਸੀਂ ਜਾ ਕੇ ਅਤੇ ਰਾਵੀ ਚੌਂਕ ਵਿੱਚ ਅਖਬਾਰ ਵੇਚੀਦੇ ਸਨ। ਅਤੇ ਇੱਕ ਦਿਨ ਇਹ ਜੋ ਹੈ ਕਿ ਰਾਣਾ ਸਾਹਿਬ ਬੱਸ 'ਚ ਵਿੱਚ ਬੈਠੇ ਵੜੇ ਨੇ ਅਖਬਾਰ ਵੇਚਦੇ ਅਤੇ ਬੱਸ ਟੁੱਟ ਪਈ ਅਤੇ ਜਦੋਂ ਬੱਸ ਅੱਗੇ ਗਈ ਅਤੇ ਮੈਂ ਰੋਣ ਲੱਗ ਪਿਆ। ਨਹੀਂ ਮੈਂ ਜਦੋਂ ਬੱਸ ਅੱਗੇ ਲੰਘ ਗਈ ਅਤੇ ਮੈਂ ਰੋਣ ਲੱਗ ਪਿਆ ਅਤੇ ਕਿਸੇ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ ਅਤੇ ਮੈਂ ਕਿਹਾ ਕਿ ਮੇਰਾ ਜਿਹੜੀ ਬੱਸ ਹੈ ਨਾ ਮੇਰੇ ਭਰਾ ਨੂੰ ਲੈ ਗਈ ਹੈ ਅਤੇ ਹੁਣ ਕਰਫਿਊ ਲੱਗ ਜਾਣਾ ਅਤੇ ਪਤਾ ਨਹੀਂ ਉਹ ਕਿਸ ਤਰ੍ਹਾਂ ਵਾਪਸ ਆਏਗਾ, ਆਏਗਾ ਵੀ ਕਿ ਨਹੀਂ ਆਏਗਾ। ਅਤੇ ਅਸੀਂ ਬੜੀ ਸਟਰਗਲ ਕਰਕੇ ਅਲੀ ਅਹਿਮਦ ਢਿੱਲੋਂ ਮੇਰਾ ਵੀਰ ਹੈ, ਮੇਰੇ ਨਾਲ ਪਿਆਰ ਕਰਨ ਵਾਲਾ, ਮੇਰੇ ਨਾਲ ਇੰਤਹਾਈ ਮੁਹੱਬਤ ਕਰਦਾ, ਵੱਡਾ ਆਦਮੀ, ਅਸੀਂ ਗਰੀਬ ਆਦਮੀ, ਲੇਕਿਨ ਜਦੋਂ ਮਿਲਦਾ ਬਰਾਬਰੀ ਦੀ ਸਤਾ 'ਤੇ ਮਿਲਦਾ, ਇਹਦੀ ਮਿਹਰਬਾਨੀ ਹੈ। ਜੋ ਕਰ ਰਿਹਾ ਦੀ ਗ੍ਰੇਟ ਇੱਥੇ ਮੌਜੂਦ ਹੈ। ਦੋ ਬੰਦੇ ਨੇ ਮੈਨੂੰ ਕਿਹਾ ਪ੍ਰੋਗਰਾਮ ਤੋਂ ਪਹਿਲਾਂ, ਉਹਨਾਂ ਕਿਹਾ ਅਸੀਂ ਤੇਰੀ ਤਾਰੀਫ ਨਹੀਂ ਕਰਨੀ, ਅਸੀਂ ਤੇਰੇ ਸੱਚ ਦੱਸਾਂਗੇ ਲੋਕਾਂ ਨੂੰ। ਅਤੇ ਮੈਂ ਢਿੱਲੋਂ ਨੂੰ ਕਿਹਾ ਕਿ ਦੇਖ ਯਾਰ ਤੂੰ ਤਾਂ ਉਂਝ ਵੀ ਗਾਣਾ ਕੱਢ ਦਿੰਦਾ ਅਤੇ ਉੱਥੇ ਕੱਢ ਦੇਗਾ ਤਾਂ ਕਿਹੜਾ ਫਰਕ ਪੈ ਜਾਏਗਾ। ਅਤੇ ਜ਼ੁਲਫਕਾਰ ਰਾਹਤ ਮੇਰਾ ਸੰਗੀ ਹੈ, ਇਹਨੂੰ ਮੈਂ ਕਿਹਾ ਕਿ ਜ਼ੁਲਫਕਾਰ ਰਾਹਤ ਤੇਰੇ ਜਿਹੜਾ ਦਿਲ 'ਚ ਗੱਲ ਹੈ ਤੂੰ ਸੱਚ ਉਹੀ ਬੋਲਣੀ ਹੈ, ਤੂੰ ਜਿਹੜਾ ਮਤਲਬ ਕੋਈ ਤੂੰ ਉਹਦੇ ਨਾਲ ਕੰਮ ਨਹੀਂ ਲੈਣਾ। ਮੈਂ ਆਪਣੀ ਸਟਰਗਲ ਦੀ ਗੱਲ ਕਰ ਰਿਹਾ ਸਾਂ ਅਤੇ ਅਸੀਂ ਮੈਂ ਕਦੇ ਵੀ ਸੋਚਿਆ ਨਹੀਂ ਸੀ ਕਿ ਮੈਂ ਅਖਬਾਰ ਵੇਚਦੇ ਵੇਚਦੇ ਕਿਸੇ ਅਖਬਾਰ ਦਾ ਐਡੀਟਰ ਵੀ ਬਣ ਜਾਂਗਾ। ਔਰ ਅਖਬਾਰ ਦੇ ਨਾਲ ਜਿਹੜੀ ਮੇਰੀ ਮੁਹੱਬਤ ਜ਼ਾਹਿਰ ਹੈ, ਜਦੋਂ ਮੈਂ 12 ਸਾਲ ਦਾ ਸਾਂ ਤਾਂ ਮੈਂ ਉਹਦੀ ਖੁਸ਼ਬੂ ਨੂੰ ਆਪਣੇ ਮਹਿਸੂਸ ਕੀਤਾ, ਕਿਉਂਕਿ ਹੁਣ ਤਾਂ ਜਿਹੜਾ ਮਾਡਰਨ ਦੌਰ ਹੈ ਉਹਦੇ ਵਿੱਚ ਸ਼ਾਇਦ ਪਹਿਨੇ ਇੰਨਾ ਕਰੋ, ਨਹੀਂ ਪਹਿਨੇ ਇੰਨਾ ਕਰੋ, ਸ਼ਾਇਦ ਭਾਈ ਇੱਧਰ ਆਏ ਪਲੀਜ਼, ਨਹੀਂ ਸਰ ਇੱਧਰ ਪਲੀਜ਼, ਗੁਨਾਹ ਕਰ ਲੈਣਾ ਕਰੋ ਮੈਨੂੰ ਤੁਸੀਂ। ਸ਼ੋਰਬੀਨ ਅਜ਼ੀਜ਼ ਸਾਹਿਬ ਜੈਸਾ ਵੱਡਾ ਨਾਂ, ਇੱਕ ਸਮਝਣਾ ਕਿ ਅੱਜ ਮੇਰੀ ਜਿਹੜੀ ਇੱਕ ਸਟਰਗਲ ਹੈ ਉਹ ਇਸ ਲਈ ਬਾਮੇ ਅਰੂਜ ਦੇ ਅੱਗੇ ਕਿ ਸ਼ੋਹੇਬ ਸਾਹਿਬ ਜੈਸੇ ਮੇਰੇ ਵੱਡੇ ਭਾਈ ਵੀ ਇੱਥੇ ਮੌਜੂਦ ਨੇ ਅਤੇ ਉਹਨਾਂ ਦਾ ਮਸ਼ਹੂਰ ਹਨ। ਮੈਂ ਗੱਲ ਕਰ ਰਿਹਾ ਸਾਂ ਅਖਬਾਰ ਫਰੋਸ਼ੀ ਤੋਂ। ਮੈਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ 13 ਸਾਲ ਦਾ ਸਾਂ ਅਤੇ ਮੈਂ ਕੰਮ ਸ਼ੁਰੂ ਕੀਤਾ, ਤਕਰੀਬਨ ਮੈਂ 15 ਤੋਂ 20 ਸਾਲ ਬੱਸਾਂ 'ਚ ਅਖਬਾਰ ਵੇਚੇ ਨੇ ਔਰ ਇਸ ਦੌਰਾਨ ਮੈਂ ਪੜ੍ਹਦਾ ਰਿਹਾ ਔਰ ਫਿਰ ਜ਼ਾਹਿਰ ਹੈ ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀ
ਮੈਂ ਇੱਕ ਵਕਤ ਤਿੰਨ ਤਿੰਨ ਚਾਰ ਚਾਰ ਕੰਮ ਵੀ ਕੀਤੇ। ਮੈਂ ਅਖਬਾਰ ਵੇਚ ਕੇ ਆਉਂਦਾ ਸਾਂ, ਫਿਰ ਮੈਂ ਸਕੂਲ ਚਲਾ ਜਾਂਦਾ ਸਾਂ, ਉੱਥੋਂ ਆ ਕੇ ਮੈਂ ਕਾਰਖਾਨੇ ਚੂੜੀਆਂ ਦਾ ਕੰਮ ਸੀ, ਚੂੜੀਆਂ ਬਣਦੀਆਂ ਸਨ, ਉਹ ਬਣਾਉਂਦਾ ਹੁੰਦਾ ਸਾਂ। ਅਤੇ ਫਿਰ ਮੈਂ ਜਦੋਂ ਘਰ ਆਉਂਦਾ ਸਾਂ ਤਾਂ ਮੈਂ ਇੰਨਾ ਥੱਕ ਜਾਂਦਾ ਸਾਂ ਕਿ ਮੈਨੂੰ ਪਤਾ ਨਹੀਂ ਚੱਲਦਾ ਸੀ ਅਤੇ ਮੈਂ ਸੋ ਜਾਂਦਾ ਸਾਂ। ਲੇਕਿਨ ਇਸ ਸਾਰੀ ਸਟਰਗਲ ਦੇ ਵਿੱਚ, ਇਸ ਸਾਰੀ ਜਿਹੜੀ ਮੇਰੀ ਜਦੋ ਜਹਿਦ ਸੀ ਉਹਦੇ ਵਿੱਚ ਅੱਲ੍ਹਾ ਨੇ ਜਿਹੜੀ ਮੈਨੂੰ ਸਭ ਤੋਂ ਵੱਡੀ ਖੂਬੀ ਦਿੱਤੀ ਉਹ ਇਹ ਸੀ ਕਿ ਮੈਂ ਕਦੇ ਆਪਣੇ ਆਪ ਨੂੰ ਛੋਟਾ ਮਹਿਸੂਸ ਨਹੀਂ ਕੀਤਾ, ਔਰ ਕਦੇ ਮੈਂ ਫੀਲ ਨਹੀਂ ਕੀਤਾ ਕਿ ਮੈਂ, ਬਲਕਿ ਸ਼ਦਰੇ ਮੈਚ ਸੀ ਸਾਡਾ ਅਤੇ ਮੈਂ ਬੈਟਿੰਗ ਕਰ ਰਿਹਾ ਸਾਂ ਅਤੇ ਉੱਥੇ ਮੈਂ ਚੁੱਕਿਆ ਅਖਬਾਰ ਵੇਚਦਾ ਹੁੰਦਾ ਸਾਂ। ਉਹ ਲੱਕੀਲੀ ਮੈਂ ਉਸ ਦਿਨ ਚੰਗਾ ਖੇਡ ਰਿਹਾ ਸਾਂ ਅਤੇ ਜਿਹੜੇ ਬਾਹਰ ਮੁੰਡੇ ਸਨ ਛਦਰੇ ਦੇ ਅਤੇ ਉਹਨਾਂ ਨੇ ਆਵਾਜ਼ ਲਾਉਣੀ ਸ਼ੁਰੂ ਕਰਤੀ, ਅਖਬਾਰ ਹੋਏ, ਉਹ ਮੈਨੂੰ ਹਰਟ ਕਰਨਾ ਚਾਹੁੰਦੇ ਸਨ ਸ਼ਾਇਦ। ਅਤੇ ਦੈਟ ਵਾਜ਼ ਦਾ ਮੂਮੈਂਟ ਜਦੋਂ ਮੈਂ ਸੋਚਿਆ ਕਿ ਕਿਆ ਮਿਹਨਤ ਕਰਨਾ ਸ਼ਰਮਿੰਦਗੀ ਦਾ ਕੰਮ ਹੈ ਜਾਂ ਫਖਰ ਦਾ ਕੰਮ ਹੈ। ਅਤੇ ਮੇਰੇ ਅੰਦਰੋਂ ਆਵਾਜ਼ ਆਈ ਕਿ ਜਦ ਅੱਲ੍ਹਾ ਕਹਿੰਦਾ ਕਿ ਅਲ ਕਾਸਿਬ ਉਹ ਹਬੀਬੁੱਲਾ, ਕਿ ਹਲਾਲ ਰੋਜ਼ੀ ਕਮਾਣ ਵਾਲਾ ਅੱਲ੍ਹਾ ਦਾ ਯਾਰ ਹੈ, ਅਤੇ ਮੈਂ ਤਾਂ ਅੱਲ੍ਹਾ ਦਾ ਯਾਰ ਹਾਂ, ਮੈਨੂੰ ਕਿਹਦੇ ਡਰ ਹੋ ਸਕਦਾ। ਅਤੇ ਮੈਂ ਉਹ ਲਮਹੇ ਨੂੰ ਆਪਣੀ ਕਮਜ਼ੋਰੀ ਨੂੰ ਤਾਕਤ ਬਣਾਇਆ। ਮੈਂ ਗੱਲਾਂ ਇਸ ਲਈ ਦੱਸਣਾ, ਮੇਰੇ ਬਹੁਤ ਸਾਰੇ ਜਿਹੜੇ ਚਾਹਣ ਵਾਲੇ ਨੇ, ਮੇਰੇ ਦੋਸਤ ਨੇ, ਉਹ ਕਹਿੰਦੇ ਨੇ ਕਿ ਹੁਣ ਤੂੰ ਇੱਕ ਅਖਬਾਰ ਦਾ ਗਰੁੱਪ ਐਡੀਟਰ ਹੈ ਅਤੇ ਤੂੰ ਮਤਲਬ ਇਹ ਗੱਲਾਂ ਨਾ ਕਰਿਆ ਕਰ, ਤੂੰ ਕਿਆ ਕਰਕੇ ਜੀ ਅਸੀਂ ਜਮਾਂਦਰੂ ਬੜੇ ਸੌਖੇ ਗਏ ਹਾਂ। ਲੇਕਿਨ ਮੈਨੂੰ ਚੂੰਕਿ ਮੇਰੇ ਵਾਲਿਦ ਸਾਹਿਬ ਰਾਣਾ ਮੁਹੰਮਦ ਇਸਹਾਕ ਸਾਹਿਬ, ਉਹ ਜਦੋਂ ਅਸੀਂ ਮਾਈਗ੍ਰੇਸ਼ਨ ਕਰਕੇ ਇੰਡੀਆ ਤੋਂ ਲਾਹੌਰ ਪਹੁੰਚੇ ਅਤੇ ਸ਼ਦੀਦ ਬਾਰਿਸ਼ ਸੀ, ਗੋਡੇ ਗੋਡੇ ਪਾਣੀ ਸੀ ਲਾਹੌਰ 'ਚ ਅਤੇ ਮਲੇਰੀਆ ਦੀ ਵਬਾ ਫੈਲ ਗਈ ਸੀ। ਮੇਰੇ ਵਾਲਿਦ ਸਾਹਿਬ ਨੇ ਮੇਰੀ ਮਾਂ ਨੂੰ ਸਟੇਸ਼ਨ 'ਤੇ ਬਿਠਾਇਆ ਕੈਂਪ 'ਤੇ, ਉਹ ਬਾਹਰ ਗਏ ਅਤੇ ਉਹਨਾਂ ਨੇ ਜਾ ਕੇ ਅਖਬਾਰ ਖਰੀਦੇ ਅਤੇ ਅਖਬਾਰ ਵੇਚ ਕੇ ਫਿਰ ਉਹਦੀ ਰੋਟੀ ਲੈ ਕੇ ਆਏ ਅਤੇ ਲਿਆ ਕੇ ਮੇਰੀ ਮਾਂ ਨੂੰ ਖੁਆਈ। ਅਤੇ ਮੇਰਾ ਖਿਆਲ ਹੈ ਕਿ ਸਾਡੇ ਖੂਨ 'ਚ, ਸਾਡੇ ਖਮੀਰ 'ਚ ਸ਼ਾਮਿਲ ਹੈਗਾ ਕਿ ਅਸੀਂ ਮੰਗਣ ਦੀ ਥਾਂ ਦੇ ਉੱਤੇ ਮਿਹਨਤ ਦੇ ਨਾਲ ਪੈਸੇ ਕਮਾਉਣ ਦੇ ਉੱਤੇ ਯਕੀਨ ਰੱਖਦੇ ਹਾਂ। ਅਤੇ ਮੈਂ ਉਹਨਾਂ ਨੂੰ ਕਿਹਾ, ਉਹ ਕਾਇਦੇ ਆਜ਼ਮ ਦੇ ਜ਼ਾਤੀ ਮੁਲਾਜ਼ਮ ਰਹੇ ਸਨ, ਉਹਨਾਂ ਦਾ ਕੰਟਰੀਬਿਊਸ਼ਨ ਸੀ ਪਾਕਿਸਤਾਨ ਦੀ ਜਦੋਜਹਿਦ 'ਚ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਉਂ ਨਹੀਂ ਜਿਹੜੇ ਪਲਾਟ ਸ਼ਲਾਟ ਮਿਲਦੇ ਨੇ ਅਤੇ ਗੋਲਡ ਮੈਡਲ ਮਿਲਦੇ ਨੇ, ਤੁਸੀਂ ਕਿਉਂ ਨਹੀਂ ਲੈਂਦੇ? ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਇਹ ਲੋਕਾਂ ਕੋਲੋਂ ਜਿਹੜੇ ਪਾਕਿਸਤਾਨ ਦਾ ਨਾਂ ਲੈ ਕੇ ਪਾਕਿਸਤਾਨ ਨੂੰ ਵੇਚ ਰਹੇ ਨੇ ਅਤੇ ਪਾਕਿਸਤਾਨ ਦਾ ਨਾਂ ਲੈ ਕੇ ਪਾਕਿਸਤਾਨ ਦੀ ਗਰੀਬ ਆਵਾਮ ਨੂੰ ਵੇਚ ਰਹੇ ਨੇ, ਮੈਂ ਇਹਨਾਂ ਕੋਲੋਂ ਮੈਡਲ ਲੈ ਕੇ ਆਪਣੀ ਪਾਕਿਸਤਾਨ ਦੇ ਹਵਾਲੇ ਨਾਲ ਮੁਹੱਬਤ ਨੂੰ ਇੰਨਾ ਸਸਤਾ ਨਹੀਂ ਵੇਚਣਾ ਚਾਹੁੰਦਾ। ਅਤੇ ਉਹਨਾਂ ਨੇ ਸਾਰੀ ਜ਼ਿੰਦਗੀ ਕਦੇ ਵੀ ਕਿਸੇ ਚੀਜ਼ ਦੀ ਉਹ ਨਹੀਂ ਕੀਤੀ, ਸਾਨੂੰ ਉਹ ਕੰਟੀਨਿਊਟੀ ਮਿਲੀ ਪਾਕਿਸਤਾਨ ਦੇ ਨਾਲ, ਮੁਹੱਬਤ ਦੀ ਕੰਟੀਨਿਊਟੀ ਮਿਲੀ। ਇਮਾਨਦਾਰੀ ਦੀ ਗੱਲ ਹੈ, ਨਵੀਨ ਚੋਈ ਸਾਹਿਬ ਇੱਥੇ ਬੈਠੇ ਨੇ, ਇਹ ਕਿਉਂਕਿ ਖੁਦ ਇੱਕ ਬੜੇ ਕਾਲਮ ਨਿਗਾਰ ਨੇ, ਜ਼ੁਲਫਕਾਰ ਰਾਹਤ ਬਹੁਤ ਅੱਛਾ ਕਾਲਮ ਲਿਖਦਾ ਹੈ, ਟੇਲੂ ਦੇ ਮਾਸ਼ਾਅੱਲਾ ਐਕਸਪ੍ਰੈਸ 'ਚ ਰੈਗੂਲਰ ਕਾਲਮ ਆਉਂਦੇ ਨੇ, ਇਹਨਾਂ ਨੂੰ ਪਤਾ ਹੈਗਾ ਕਿ ਲਿਖਣਾ ਕਿੱਡਾ ਮੁਸ਼ਕਿਲ ਕੰਮ ਹੈਗਾ। ਦੁਨੀਆ ਤਾਂ ਕਹਿੰਦੀ ਹੈ ਨਾ ਜੀ ਸਾਫਤ ਵਿਕ ਗਈ ਹੈ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਕੋਈ ਕਹਿੰਦਾ ਜੀ ਜਿਹੜੇ ਸਾਫੀ ਨੇ ਉਹਨਾਂ ਨੇ ਝੂਠ ਬੋਲਦੇ ਨੇ, ਕੋਈ ਕੁਝ ਕਹਿੰਦਾ ਜ਼ਮੀਰ ਫਰੋਸ਼ ਨੇ। ਲੇਕਿਨ ਮੈਂ ਇੱਕ ਸਵਾਲ ਕਰਨਾ ਕਿ ਇਸ ਪਾਕਿਸਤਾਨ 'ਚ ਕਿੰਨੇ ਬੰਦੇ ਨੇ ਜਿਹੜੇ ਜ਼ਿਸ਼ਾਨ ਭੱਟ ਬਣ ਕੇ ਸੱਚ ਦੀ ਖਾਤਰ ਔਨ ਸਪੋਟ ਗੋਲੀ ਖਾ ਲੈਂਦੇ ਨੇ? ਕਿੰਨੇ ਬੰਦੇ ਨੇ? ਅਗਰ ਅੱਜ ਪਾਕਿਸਤਾਨ ਦੇ ਵਿੱਚ ਕਰਪਸ਼ਨ ਦੇ ਹਵਾਲੇ ਨਾਲ ਲੋਕਾਂ ਦੇ ਵਿੱਚ ਕੋਈ ਗੱਲ ਫੈਲਦੀ ਹੈ ਤਾਂ ਕਿੰਨੇ ਫੈਲਾਈ? ਅੱਜ ਪਾਕਿਸਤਾਨ 'ਚ ਅਕਰਬਾ ਪਰਵਰੀ ਦੇ ਖਿਲਾਫ ਜੇ ਲੋਕਾਂ ਦਾ ਮਾਇੰਡ ਬਣਦਾ ਤਾਂ ਕਿੰਨੇ ਬਣਾਇਆ? ਅੱਜ ਪਾਕਿਸਤਾਨੀ ਜ਼ੁਲਮ ਦੇ ਖਿਲਾਫ, ਧਾਂਦਲੀ ਦੇ ਖਿਲਾਫ, ਜ਼ੋਰ ਜ਼ਬਰਦਸਤੀ ਦੇ ਖਿਲਾਫ ਜੇ ਲੋਕ ਬੁਰਾ ਸਮਝਦੇ ਨੇ ਤਾਂ ਕਿੰਨੇ ਬਣਾਇਆ? ਖੁਦਾ ਦੀ ਕਸਮੇ ਮੈਂ ਕਿਸੇ ਜਜ਼ਬਾਤ ਤੋਂ ਬਗੈਰ ਕਹਿ ਰਿਹਾ ਕਿ ਜੇ ਇਸ ਕੌਮ ਨੂੰ ਇਹੋ ਜਿਹੇ ਸਾਫੀ ਨਾ ਲੱਭਦੇ ਤਾਂ ਕੌਮ ਬਹੁਤ ਪਹਿਲਾਂ ਤਬਾਹ ਹੋ ਜਾਂਦੀ। ਮੈਂ ਫਖਰ ਕਰਨਾ ਕਿ ਮੈਂ ਇੱਕ ਸਾਫੀ ਹਾਂ, ਮੈਨੂੰ ਇਸ ਗੱਲ 'ਤੇ ਫਖਰ ਹੈ ਕਿ ਮੈਂ ਅਲਹਮਦੁਲਿਲਾ ਇੱਕ ਐਸੇ ਤਬਕੇ ਨਾਲ, ਇੱਕ ਐਸੇ ਪ੍ਰੋਫੈਸ਼ਨ ਨਾਲ ਤਾਲੁਕ ਰੱਖਣਾ ਜਿੰਨੇ ਮੁਸ਼ਕਿਲ ਤਰੀਨ ਹਾਲਾਤ 'ਚ, ਬੜੇ ਬੁਰੇ ਹਾਲਾਤ 'ਚ ਵੀ ਅਸੀਂ ਸੱਚ ਦਾ ਦਾਮਨ ਨਹੀਂ ਛੱਡਿਆ। ਅਨਫੋਰਚੁਨੇਟਲੀ ਤੁਸੀਂ ਸਾਫੀ ਸਮਝਦੇ ਹੋ, ਉਹ 8 ਵਜੇ, 9, 10 ਵਜੇ ਅਤੇ 11 ਵਜੇ ਦੇ ਟੈਲੀਵਿਜ਼ਨ ਦੇ ਉੱਤੇ ਬਹਿ ਕੇ ਛਾਬੇ ਲਾ ਕੇ ਜਿਹੜੇ ਵੇਚੇ ਬੈਠੇ ਹੁੰਦੇ ਨੇ ਅਤੇ ਸੌਦਾ ਵੇਚ ਰਹੇ ਹੁੰਦੇ ਨੇ, ਉਹਨਾਂ ਨੂੰ ਤੁਸੀਂ ਸਾਫੀ ਸਮਝਦੇ ਹੋ? ਨਵੀਂ ਚੌਧਰੀ ਗਵਾਹ ਨੇ, ਮੁਦੱਸਰ ਭੱਟ ਸਾਹਿਬ ਗਵਾਹ ਨੇ, ਉਹ ਪਾਈ ਉਹ ਤਾਂ 3-3 ਘੰਟੇ ਮੇਕਅਪ ਕਰਦੀਆਂ ਨੇ ਪ੍ਰੋਗਰਾਮ ਦੇ ਬਾਅਦ, ਜਦੋਂ ਮੂੰਹ ਧੋਂਦੀਆਂ ਨੇ ਅਤੇ ਉਹਨਾਂ ਦਾ ਪ੍ਰੋਡਿਊਸਰ ਵੀ ਉਹਨਾਂ ਨੂੰ ਪਛਾਣ ਰਿਹਾ ਹੁੰਦਾ। ਅਤੇ ਅਸੀਂ ਅਨਫੋਰਚੁਨੇਟਲੀ ਇਸ ਪਾਕਿਸਤਾਨ ਦੀ ਬਦਕਿਸਮਤੀ ਹੈ ਕਿ ਇੱਕ ਮਜ਼ਾਹੀਆ ਪ੍ਰੋਗਰਾਮ ਵਿੱਚ ਇੱਕ ਮਰਾਸੀ ਵਜ਼ੀਰ ਆਜ਼ਮ ਦੀ ਘੜੀ ਦੇ ਉੱਤੇ ਜੋਕ ਕਰਦਾ ਅਤੇ ਵਜ਼ੀਰ ਆਜ਼ਮ ਸ਼ਾਮ ਨੂੰ ਉਹਨੂੰ ਘੜੀ ਭੇਜ ਦਿੰਦਾ। ਲੇਕਿਨ
ਜਿਹੜੇ ਲੋਕ ਸਾਡੇ ਵਿੱਚ ਸੈਲੀਬ੍ਰਿਟੀਜ਼ ਅਤੇ ਹੀਰੋਜ਼ ਦਾ ਫਰਕ ਨਹੀਂ ਲੋਕਾਂ ਨੂੰ ਪਤਾ। ਸਕਰੀਨ ਦੇ ਉੱਤੇ ਜਿਹੜੇ ਸੈਲੀਬ੍ਰਿਟੀਜ਼ ਨੇ ਜਾਂ ਚੱਕਾ ਚੌਂਹ ਦੀ ਨਜ਼ਰ ਆਉਣ ਵਾਲੇ ਨੇ, ਅਸੀਂ ਉਹਨਾਂ ਨੂੰ ਹੀਰੋ ਸਮਝਦੇ ਹਾਂ। ਹੀਰੋ ਤਾਂ ਵਿਚਾਰੇ ਕੋਨਿਆਂ ਦੇ ਵਿੱਚ ਖਾਮੋਸ਼ੀ ਨਾਲ ਬੈਠੇ ਆਪਣਾ ਕੰਮ ਅੰਜਾਮ ਦੇ ਰਹੇ ਹੁੰਦੇ ਨੇ। ਔਰ ਫਿਰ ਦੂਜੀ ਗੱਲ, ਜਿਸ ਤਬਕੇ ਨਾਲ ਮੈਂ ਤਾਲੁਕ ਰੱਖਣਾ, ਨਵੀਂ ਚੋਈ ਸਾਹਿਬ ਰੱਖਦੇ ਨੇ, ਜ਼ੁਲਫਕਾਰ ਰਾਹ ਤੱਕਦਾ, ਜਿਹੜੇ ਪ੍ਰੋਫੈਸ਼ਨਲ ਸਾਫੀ ਨੇ, ਖੁਦਾ ਦੀ ਕਸਮ ਤੁਸੀਂ ਕਦੇ ਰਾਤ ਨੂੰ 10-11-12 ਵਜੇ ਨਿਊਜ਼ ਰੂਮ ਦਾ ਦੌਰਾ ਕਰਕੇ ਦੇਖੋ ਕਿਸ ਤਰ੍ਹਾਂ ਉਹ ਵਿਚਾਰੇ ਥੱਕੇ ਹਾਰੇ, ਮੈਂ ਕਹਿੰਦਾ ਕਿ ਅਸਾਬ ਜ਼ਿਆਦਾ ਲੋਕ ਹੁੰਦੇ ਨੇ ਜਿਹੜੇ ਸਾਰੀ ਰਾਤ ਬਹਿ ਕੇ ਇਹ ਹੁਕਮਰਾਨਾਂ ਦੇ, ਸਿਆਸਤਦਾਨਾਂ ਦੇ, ਤਾਕਤਵਰਾਂ ਦੇ ਝੂਠਾਂ ਨੂੰ ਸੱਚ ਦੀ ਸ਼ਕਲ ਦੇ ਰਹੇ ਹੁੰਦੇ ਨੇ। ਉਹਨਾਂ ਦੇ ਆਪਣੇ ਘਰ ਲਾਲੀ ਨਹੀਂ ਹੁੰਦੀ, ਲੇਕਿਨ ਉਹ ਰੋਜ਼ ਸੁਰਖੀਆਂ ਲਾ ਕੇ ਜਾਂਦੇ ਨੇ। ਅਤੇ ਮੈਂ ਸਮਝਦਾ ਕਿ ਐਸੇ ਤਬਕੇ ਨਾਲ, ਐਸੇ ਪ੍ਰੋਫੈਸ਼ਨ ਨਾਲ ਤਾਲੁਕ ਰੱਖਣਾ ਇੱਕ ਫਖਰ ਵਾਲੀ ਗੱਲ ਹੈ। ਮੈਨੂੰ ਫਖਰ ਹੈ ਕਿ ਮੈਂ ਇੱਕ ਸਾਫੀ ਹਾਂ। ਇੱਕ ਚੀਜ਼ ਹੋਰ ਮੈਂ ਇੱਥੇ ਜ਼ਰੂਰ ਕਹਿਣੀ ਸੀ, ਸ਼ਾਮੀ ਸਾਹਿਬ ਦੇ ਮੁਤਾਲਿਕ ਇੱਕ ਅਮੂਮੀ ਰਾਏ ਹੈਗੀ ਹੈ ਕਿ ਮੁਸਲਿਮ ਲੀਗ ਨੂਰ ਨੂੰ ਥੋੜ੍ਹਾ ਜਿਹਾ ਉਹਨੂੰ ਸਪੋਰਟ ਕਰਦੇ ਨੇ। ਮੈਂ ਸਭ ਤੋਂ ਵੱਡਾ ਕ੍ਰਿਟਿਕ, ਸਭ ਤੋਂ ਕੌੜਾ ਤਰੀਨ ਕਾਲਮ ਨਵਾਜ਼ ਸ਼ਰੀਫ ਦੇ ਖਿਲਾਫ ਲਿਖਣ ਵਾਲਾ ਹੈ। ਔਰ ਸ਼ਾਮੀ ਸਾਹਿਬ ਦਾ ਬਸ ਜ਼ਰਫ ਉਹ ਬੜਾਪਨ ਹੈ ਕਿ ਉਹਨਾਂ ਨੇ ਅੱਜ ਤੱਕ ਮੈਨੂੰ ਨਹੀਂ ਰੋਕਿਆ ਕਿਸੇ ਗੱਲ ਤੋਂ ਕਿ ਤੂੰ ਇਹ ਲਿਖਣਾ ਜਾਂ ਨਹੀਂ ਇਹ ਲਿਖਣਾ। ਔਰ ਦੂਜੀ ਗੱਲ, ਮੇਰੇ 27-28-29 ਸਾਲਾ ਕੈਰੀਅਰ ਵਿੱਚ ਮੈਂ ਜਿੰਨੇ ਮੈਂ ਮਾਲਕਾਂ ਨੂੰ ਭੁਗਤਾਏ ਨੇ, ਸ਼ਾਇਦ ਕਿਸੇ ਨੇ ਭੁਗਤਾਏ ਨੇ। ਚੋਈ ਸਾਹਿਬ ਵੀ ਦੁਆ ਨੇ, ਅਲੀ ਅਹਿਮਦ ਢਿੱਲੋਂ ਵੀ ਦੁਆ ਹੈ। ਮੈਂ ਤਾਂ ਨੌਕਰੀ ਬਸ ਇਹ ਸਮਝ ਲਓ ਕਿ ਮੇਰਾ, ਕਹਿੰਦੇ ਨੇ ਕਿ ਉਹ ਕੀ ਹੁੰਦਾ, ਉਹ ਤਾਲੀਮ ਦੇ ਵਿੱਚ ਸਮੈਸਟਰ, ਮੈਂ ਸਮੈਸਟਰ ਵਾਈਜ਼ ਕੰਮ ਕਰਨਾ। ਉਹ 10-15 ਇਦਾਰੇ ਮੈਂ 27 ਸਾਲ ਵਿੱਚ ਭੁਗਤੇ ਨੇ। ਗਰੀਬ ਹਾਂ, ਮੇਰੇ ਘਰ ਕਿਚਨ ਵੀ ਜਿਵੇਂ ਚੱਲਦਾ ਹੈ। ਮੈਂ ਹੱਥੋਂ ਮਜ਼ਦੂਰ ਕੋਸ਼ਿਸ਼ ਵੀ ਕਰਨਾ ਕਿ ਮੈਂ ਉਹਨੂੰ ਬਚਾਵਾਂ, ਲੇਕਿਨ ਜਦੋਂ ਮੈਂ ਫੀਲ ਕਰਨਾ ਕਿ ਹੁਣ ਮੇਰੇ ਜ਼ਮੀਰ ਅਤੇ ਮੇਰੀ ਇੱਜ਼ਤ 'ਤੇ ਗੱਲ ਆ ਗਈ ਹੈ, ਤਾਂ ਮੈਂ ਫਿਰ ਛੱਡ ਦਿੰਦਾ ਹਾਂ। ਔਰ ਜੰਗ ਗਰੁੱਪ ਦੇ ਵਿੱਚ ਮੈਂ ਗਰੁੱਪ ਦੇ ਵਿੱਚ ਐਡੀਟਰ ਸਾਂ, ਛੱਡਤਾ। ਦੁਨੀਆ ਟੀ ਵੀ 'ਚ ਮੈਂ ਜਦੋਂ ਰਿਜ਼ਾਇਨ ਕੀਤਾ ਤਾਂ ਮੈਂ ਲਿਖਿਆ ਕਿ ਜੀ ਮੈਂ ਰਿਜ਼ਾਇਨ ਇਸ ਲਈ ਕਰ ਰਿਹਾ ਕਿ ਮੇਰੀ ਤਨਖਾਹ ਜ਼ਿਆਦਾ ਅਤੇ ਕੰਮ ਥੋੜ੍ਹਾ ਹੈ, ਅਤੇ ਮੈਂ ਕੰਮ ਨਹੀਂ ਕੰਟੀਨਿਊ ਕਰ ਸਕਦਾ, ਜਾਂ ਮੇਰਾ ਕੰਮ ਵਧਾ ਦਿਓ ਜਾਂ ਮੇਰੀ ਤਨਖਾਹ ਘੱਟ ਕਰ ਦਿਓ। ਇਹ ਚੀਜ਼ ਔਨ ਰਿਕਾਰਡ ਮੇਰਾ ਰਿਜ਼ਾਇਨ ਲਿਖਿਆ, ਰਿਜ਼ਾਇਨ ਹੈ। ਅਤੇ ਮੈਂ ਸਮਝਦਾ ਕਿ ਅਸੀਂ ਇਸ ਪ੍ਰੋਫੈਸ਼ਨ ਵਿੱਚ ਅੱਲਾ ਨੇ ਸਾਨੂੰ ਜੋ ਦਿੱਤਾ ਉਹ ਅਸਲ ਚੀਜ਼ ਇਹ ਵੇ ਕਿ ਅੱਜ ਮੈਂ ਇੱਥੇ ਬੈਠਾ ਹਾਂ, ਤੁਸੀਂ ਮੈਨੂੰ ਸੁਣਨ ਡੇ ਹੋ, ਮੇਰੀ ਗੱਲ ਨੂੰ ਸੁਣ ਰਹੇ ਹੋ, ਅਤੇ ਮੈਂ ਸ਼ਾਇਦ ਇਸ ਇੰਨੀ ਇੱਜ਼ਤ ਦੇ, ਸ਼ਾਇਦ ਇੰਨੀ ਤੋਕੀਰ ਦੇ ਕਾਬਿਲ ਨਹੀਂ ਹੈਗਾ, ਲੇਕਿਨ ਉਹ ਜਿਹੜਾ ਉੱਤੇ ਬੈਠਾ ਹੈ ਨਾ, ਉਹ ਜਿਹੜਾ ਕਹਿੰਦਾ ਕਿ ਮੈਂ ਕੁਨ ਅਤੇ ਫਾਇਆ ਕੁਨ ਹੋ ਜਾਂਦਾ। ਅਸੀਂ ਕੁਝ ਲੋਕ ਕਹਿੰਦੇ ਹਾਂ ਜੀ ਅਸੀਂ ਸੈਲਫ ਮੇਡ ਲੋਕ ਹੈਗੇ ਹਾਂ, ਅਤੇ ਅਸੀਂ ਸੈਲਫ ਮੇਡ ਹਾਂ, ਬਹੁਤ ਸਾਰੇ ਲੋਕ ਕਹਿੰਦੇ ਨੇ, ਲੇਕਿਨ ਮੈਂ ਸਮਝਦਾ ਕਿ ਦੁਨੀਆਂ 'ਚ ਕੋਈ ਬੰਦਾ ਸੈਲਫ ਮੇਡ ਨਹੀਂ ਹੁੰਦਾ। ਅੱਲਾ ਤਾਲਾ ਖੁਦ ਸਾਰਿਆਂ ਨੂੰ ਬਣਾਉਂਦਾ। ਸਾਡੀ ਕੀ ਔਕਾਤ ਹੈ ਕਿ ਅਸੀਂ ਸੈਲਫ ਮੇਡ ਬਣ ਕੇ ਅਸੀਂ ਕਹੀਏ ਅਸੀਂ ਆਪਣੀ ਜ਼ਿੰਦਗੀ ਆਪ ਬਣਾਈ? ਉਹ ਤਾਂ ਉਹ ਵੇ ਜਿਹੜਾ ਰੇਗਿਸਤਾਨਾਂ ਦੇ ਵਿੱਚ ਜਾ ਕੇ ਪੌਦੇ ਉਗਾ ਦਿੰਦਾ ਹੈ, ਉਹ ਤਾਂ ਉਹ ਵੇ ਕਿ ਜਿਹੜਾ ਉਹ ਥਾਵਾਂ ਦੇ ਉੱਤੇ ਜਿੱਥੇ ਤਸੱਵਰ ਹੀ ਕੋਈ ਨਹੀਂ ਕਰ ਸਕਦਾ ਉੱਥੇ ਰਿਜ਼ਕ ਪਹੁੰਚਾ ਦਿੰਦਾ ਹੈ। ਅਤੇ ਅਸੀਂ ਕਿਸ ਤਰ੍ਹਾਂ ਸੈਲਫ ਮੇਡ ਹੋ ਸਕਦੇ ਹਾਂ? ਮੈਂ ਆਪਣੇ ਆਪ ਨੂੰ ਕਹਿੰਦਾ ਮੈਂ ਗੋਡ ਮੇਡ ਹਾਂ, ਮੈਨੂੰ ਅੱਲਾ ਨੇ ਬਣਾਇਆ। ਅੱਲਾ ਨੇ ਮੈਨੂੰ ਅਖਬਾਰ ਵੇਚਦੇ ਇੱਕ ਸਾਫੀ ਬਣਾਤਾ, ਅੱਲਾ ਨੇ ਮੈਨੂੰ ਅਖਬਾਰ ਵੇਚਦੇ ਕਾਲਮ ਨਿਗਾਰ ਬਣਾਤਾ, ਮੈਂ ਉਹਦਾ ਮਸ਼ਹੂਰ ਹਾਂ। ਅਤੇ ਇੱਥੇ ਮੈਨੂੰ ਤੁਸੀਂ ਇਜਾਜ਼ਤ ਦਿਓ ਕਿ ਚੁੱਕਿਆ ਅੱਜ ਤੁਸੀਂ ਮੈਨੂੰ ਸੁਣਨ ਆਏ ਹੋ, ਅਤੇ ਜਿਨ੍ਹਾਂ ਨੇ ਮੈਨੂੰ ਇਹ ਸਾਰਾ ਮੇਲਾ ਸਜਾਇਆ, ਸੁਖਦਾ ਸਾਹਿਬ ਉਹ ਆਈਏ ਪਤਾ ਕਿੱਥੇ ਨੇ, ਅਤੇ ਮੈਂ ਚਾਹ ਰਿਹਾ ਸਾਂ ਕਿ ਉਹਨਾਂ ਦੀ ਮੌਜੂਦਗੀ 'ਚ ਮੈਂ ਇਖਤਿਤਾਮ ਕਰਦਾ। ਲੇਕਿਨ ਮੈਂ ਗੱਲ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਮੈਂ ਪਿਛਲੇ 25 ਸਾਲਾਂ ਤੋਂ ਕਾਲਮ ਲਿਖ ਰਿਹਾ, ਅਤੇ ਮੇਰਾ ਦਾਅਵਾ ਹੈ ਕਿ ਮੇਰੇ ਇੱਕ ਤਹਿਰੀਰ ਦੇ ਵਿੱਚੋਂ, ਕਿਸੇ ਕਾਲਮ ਦੇ ਵਿੱਚੋਂ ਇੱਕ ਸਤਰ ਜੇ ਕੋਈ ਕਿਸੇ ਤਾਕਤਵਰ ਦੇ ਲਈ, ਵਡੇਰੇ ਦੇ ਲਈ, ਹੁਕਮਰਾਨ ਦੇ ਲਈ, ਜਾਂ ਕਿਸੇ ਐਸੇ ਬੰਦੇ ਦੇ ਲਈ ਜਿਹੜਾ ਇਸ ਮੁਆਸ਼ਰੇ ਦੇ ਲਈ ਨਾਸੂਰ ਹੈ, ਉਹਦੇ ਹੱਕ 'ਚ ਇੱਕ ਸਤਰ ਤੁਸੀਂ ਦਿਖਾ ਦਿਓਗੇ, ਤਾਂ ਮੈਂ ਆਪਣੇ ਆਪ ਨੂੰ ਤੁਹਾਡੇ ਪੈਰਾਂ 'ਚ ਬਿਠਾ ਦਿੰਦਾ। ਮੈਂ ਸਾਰੀ ਜ਼ਿੰਦਗੀ ਮੈਨੂੰ ਦੋ ਜੁਮਲੇ ਸ਼ੈਬ ਭੈਣ ਦੇ ਯਾਦ ਨੇ। ਇੱਕ ਜੁਮਲਾ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਅਖਬਾਰ ਚੁੱਕਣਾ ਅਤੇ ਕਾਲਮ ਦੇਖਣਾ, ਤਾਂ ਮੈਂ ਕਹਿੰਦਾ ਅੱਛਾ ਫਲਾਂ ਬੰਦਾ ਇਹਨੇ ਲਿਖਿਆ ਹੈਗਾ, ਅੱਛਾ ਫਲਾਂ ਬੰਦਾ ਇਹਨੇ ਲਿਖਿਆ ਹੈਗਾ, ਤੇਰਾ ਚੁੱਕ ਕੇ ਮੈਂ ਪੜ੍ਹਨਾ, ਕਿਉਂਕਿ ਤੂੰ ਇੱਕ ਮਿਸਗਾਈਡਡ ਮਿਜ਼ਾਇਲ ਹੈ, ਤੂੰ ਕਿਸੇ ਪਾਸੇ ਵੀ ਟੁੱਟ ਸਕਦਾ, ਕਿਸੇ ਪਾਸੇ ਵੀ ਧਮਾਕਾ ਕਰ ਸਕਦਾ। ਅਤੇ ਮੇਰੇ ਲਈ ਮੈਂ ਸਮਝਦਾ ਕਿ ਬੜੀ ਕ੍ਰੈਡਿਟ ਦੀ ਗੱਲ ਹੈ ਕਿ ਉਸ ਦੌਰ ਵਿੱਚ ਜਦੋਂ ਲੋਕਾਂ ਦੀਆਂ, ਖਾਸ ਕਰਕੇ ਪਾਕਿਸਤਾਨ ਦੀ
ਤਬਾਹੀ ਦਾ ਮੇਰੀ ਨਜ਼ਰ 'ਚ ਜਿਹੜਾ ਜ਼ਿੰਮੇਦਾਰ ਹੈ ਉਹ ਅੱਜ ਦਾ ਇੰਟਲੈਕਚੁਅਲ ਦਾਨਿਸ਼ਵਰ ਹੈ ਜਿਹੜਾ ਤਵਾਇਫ ਬਣ ਕੇ ਰਹਿ ਗਿਆ। ਉਹ ਗੱਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਕਰਦਾ, ਲੇਕਿਨ ਉਹਨੂੰ ਜੇ 2 ਰੁਪਈਏ ਫਾਲਤੂ ਮਿਲਣ ਤਾਂ ਉਹ ਜੰਗ ਤੋਂ ਛਾਲ ਮਾਰ ਕੇ ਤਾਂ ਦੁਨੀਆ 'ਚ ਚਲਾ ਜਾਂਦਾ, ਅਤੇ ਦੁਨੀਆ ਤੋਂ ਛਾਲ ਮਾਰ ਕੇ ਐਕਸਪ੍ਰੈਸ 'ਚ ਚਲਾ ਜਾਂਦਾ, ਅਤੇ ਉਹਦੀ ਆਪਣੀ ਔਕਾਤ ਇਨ ਜਿਹੜੀ ਤਵਾਇਫ ਹੈ ਉਹਨੂੰ ਤਾਂ ਸ਼ਾਇਦ ਹਾਲਾਤ ਬਣਾ ਦਿੰਦੀ ਹੈ ਤਵਾਇਫ। ਮੈਂ ਸਮਝਦਾ ਕਿ ਜਿਸਮਾਨੀ ਕਰਪਸ਼ਨ ਸ਼ਾਇਦ ਇੰਨੀ ਬੁਰੀ ਨਹੀਂ ਗੀ ਜਿੰਨੀ ਇੰਟਲੈਕਚੁਅਲ ਕਰਪਸ਼ਨ ਹੈਗੀ ਹੈ। ਔਰ ਪਾਕਿਸਤਾਨ 'ਚ ਅਨਫੋਰਚੁਨੇਟਲੀ ਪਾਕਿਸਤਾਨ ਦੀ ਤਬਾਹੀ ਦੀ ਇੱਕ ਵਜ੍ਹਾ ਹੈ ਕਿ ਸਾਡਾ ਅੱਜ ਦਾ ਦਾਨਿਸ਼ਵਰ ਜਿਹੜਾ ਹੈ ਉਹ ਤਵਾਇਫ ਤੋਂ ਵੀ ਬਦਤਰ ਹੈਗਾ। ਉਹਨੇ ਆਪਣੇ ਜ਼ਮੀਰ ਨੂੰ, ਉਹਨੇ ਆਪਣੇ ਇੰਟਲੈਕਟ ਨੂੰ ਇੰਨਾ ਸਸਤਾ ਵੇਚਿਆ ਕਿ ਸ਼ਾਇਦ ਪੂਰੀ ਦੁਨੀਆ 'ਚ ਉਸ ਉਹਦੀ ਮਿਸਾਲ ਨਾ ਮਿਲੇ। ਲੇਕਿਨ ਇਹਦੇ ਬਾਵਜੂਦ ਵੀ ਮੈਨੂੰ ਫਖਰ ਹੈਗਾ ਕਿ ਐਸੇ ਗਰੁੱਪ 'ਚ ਨਵੀਦ ਚੌਧਰੀ ਸਾਹਿਬ ਵੀ ਮੌਜੂਦ ਨੇ, ਢਿੱਲੂ ਮੌਜੂਦ ਹੈ, ਜ਼ੁਲਫਕਾਰ ਰਾਹਤ ਨੇ, ਹੋਰ ਮੈਂ ਜਿਨ੍ਹਾਂ ਦੇ ਨਾਂ ਨਹੀਂ ਲੈ ਪਾ ਰਿਹਾ ਉਹ ਲੋਕ ਮੌਜੂਦ ਨੇ, ਅਤੇ ਮੈਂ ਤੁਹਾਡਾ ਸਾਰਿਆਂ ਦਾ ਮਸ਼ਹੂਰ ਹਾਂ। ਅਤੇ ਮੈਨੂੰ ਜਾਣਦੇ ਇੱਕ ਨਜ਼ਮ ਹੈ ਮੈਨੂੰ ਸਾਹਿਲ ਲੁਧਿਆਨਵੀ ਦੀ, ਸ਼ਾਇਦ ਪੂਰੀ ਤਰ੍ਹਾਂ ਯਾਦ ਨਾ ਹੋਏ, ਲੇਕਿਨ ਮੈਂ ਚਾਹੁੰਦਾ ਕਿ ਮੈਂ ਉਹਨੂੰ ਜ਼ਰੂਰ ਸ਼ੇਅਰ ਕਰਾਂ ਜਿੰਨੀ ਵੀ ਮੈਨੂੰ ਆਉਂਦੀ ਹੈ। ਸਾਹਿਲ ਸਾਹਿਬ ਨੇ ਕਿਹਾ ਕਿ ਆਪ ਕਿਆ ਜਾਣੇ ਮੁਝਕੋ ਸਮਝਤੇ ਹੈ ਕਿਆ, ਮੈਂ ਤਾਂ ਕੁਛ ਵੀ ਨਹੀਂ, ਪਿਆਰ ਇੱਕ ਸ਼ਖਸ ਕਾ ਵੀ ਅਗਰ ਮਿਲ ਸਕੇ ਤੋ ਬੜੀ ਬਾਤ ਹੈ ਜ਼ਿੰਦਗੀ ਕੇ ਲੀਏ, ਆਦਮੀ ਕੋ ਮਗਰ ਇਹ ਵੀ ਮਿਲਤਾ ਨਹੀਂ। ਮੈਂ ਯਹਾਂ ਹੂੰ ਜਹਾਂ ਕੱਲ ਕੋਈ ਔਰ ਥਾ, ਇਹ ਵੀ ਇੱਕ ਦੌਰ ਹੈ ਵੋ ਵੀ ਇੱਕ ਦੌਰ ਥਾ, ਮੁਝਕੋ ਇਤਨੀ ਮੁਹੱਬਤ ਨਾ ਦੋ ਦੋਸਤੋ ਕਿ ਮੇਰੇ ਕੱਲ ਕੇ ਲੀ ਹੈ, ਕੱਲ ਜੋ ਗੁੰਮਨਾਮ ਹੈ, ਕੱਲ ਜੋ ਸੁਨਸਾਨ ਹੈ, ਕੱਲ ਜੋ ਵੀਰਾਮ ਹੈ, ਮੈਂ ਤਾਂ ਕੁਛ ਵੀ ਨਹੀਂ, ਮੈਂ ਤਾਂ ਕੁਛ ਵੀ ਨਹੀਂ। ਬਹੁਤ ਸ਼ੁਕਰੀਆ। ਮਹਿਤੀ ਫਿਕਰਾਂ ਵੱਡੀਆਂ ਅਤੇ ਸੱਦਰ ਮੱਛੋ ਮੱਛ, ਪੀੜਾ ਪੈਂਦੀ ਬਨ ਪਰਾਈ, ਅੱਖਾਂ ਮੀਚ ਕੇ ਨੱਚ, ਸਾਰ ਕਮਾਲਾ ਨੀਤੀਆਂ ਤੇ ਰਾਹੀਂ ਬਿਖਰੇ ਕੱਛ, ਮਰਨ ਤੋਂ ਵੀ ਬਚ ਕੇ ਜੀਵੇਂ, ਜੀਵਨ ਤੋਂ ਵੀ ਬਚ। ਇਹ ਸਾਰ ਰਾਣਾ ਨਾਮਵਰ ਐਂਕਰ ਨਾਮਵਰ ਕਲਮ ਨਿਗਾਰ ਸਹਾਫਤੀ ਜ਼ਿੰਦਗੀ ਉਹਨਾਂ ਨੇ ਆਪਣੇ ਮੂੰਹ ਜ਼ਬਾਨੀ ਤੁਹਾਨੂੰ ਦੱਸ ਪੁੱਛ ਕੀਤੀ। ਇੱਕ ਦਿਨ ਆਖਦੇ ਨੇ ਕਿ ਤੰਗ ਰਹਿ ਕੇ ਹੱਥ ਰੋਕ ਕੇ ਲਿਖਿਆ ਨਹੀਂ ਜਾਂਦਾ, ਖੁੱਲ੍ਹ ਕੇ ਲਿਖਣਾ ਵਾ ਅਤੇ ਜ਼ਮਾਨਾ ਛਮਕਾਂ ਮਾਰਦਾ ਹੈ। ਅਤੇ ਮੈਂ ਫੌਰਨ ਤੋਂ ਪਹਿਲੇ ਉਹਨਾਂ ਨੂੰ ਕਿਹਾ ਕਿ ਆਜ਼ਾਦੀ ਕੀ ਖਾਤਰ ਨਾਚਦੇ ਨਾਚਦੇ ਮਰ ਜਾ, ਮੰਜ਼ਲੇ ਇਸ਼ਕ ਮੇਂ ਮਰ ਮਰ ਕੇ ਜੀਆ ਜਾਤਾ ਹੈ, ਰਕਸ ਜ਼ੰਜੀਰ ਪਹਿਨ ਕਰ ਕੀਆ ਜਾਤਾ ਹੈ। ਸ਼ਾਨਵਾਜ਼ ਰਾਣਾ ਕਿਸੇ ਵੀ ਤਾਰਫ ਦੇ ਮੁਤਾਜ ਨਹੀਂ, ਮਰੂਫ ਐਂਕਰ, ਮਰੂਫ ਬ੍ਰਾਡਕਾਸਟਰ, ਔਰ ਸਭ ਤੋਂ ਮਾਣਯੋਗ ਗੱਲ ਕਿ ਇਹ ਸਾਰ ਰਾਣਾ ਹੋਰਾਂ ਦੇ ਵੱਡੇ ਭਾਈ। ਅਸੀਂ ਉਹਨਾਂ ਨੂੰ ਆਵਾਂਗੇ ਕਿ ਆਓ ਔਰ ਆ ਕੇ ਕੋਈ ਦੋ ਅੱਖਰ ਇਹਨਾਂ ਦੀ ਤਾਰੀਫ 'ਚ, ਇਹਨਾਂ ਦੀ ਹਯਾਤੀ 'ਚ, ਆਪਣੇ ਪਰਸਨਲ ਰਿਲੇਸ਼ਨ ਪਾਉਣ ਆਖੋ। ਬਹੁਤ ਸ਼ੁਕਰੀਆ। ਮੈਂ ਸਭ ਤੋਂ ਪਹਿਲੇ ਤੋਂ ਅੱਲਾਹ ਤਾਲਾ ਕਾ ਸ਼ੁਕਰ ਗੁਜ਼ਾਰ ਹਾਂ ਕਿ ਉਸਨੇ ਹਮੇ ਇਹ ਇੱਜ਼ਤ ਅਤਾ ਕੀ, ਔਰ ਆਜ ਮਾਸ਼ਰੇ ਮੇਂ ਹਮੇ ਬੜੀ ਇੱਜ਼ਤ ਕੀ ਨਿਗਾਹ ਸੇ ਦੇਖਾ ਜਾਤਾ ਹੈ। ਆਪ ਲੋਗੋਂ ਕਾ ਵੀ ਮੈਂ, ਆਪਨੇ ਪੰਜਾਬੀ ਮੇਂ ਬਾਤ ਕੀ ਨਾ, ਆਪਕੋ ਰੋਕਾ ਤੋ ਨਹੀਂ ਕਿਸੇ ਨੇ, ਤੋ ਫਿਰ ਮੁਝੇ ਕਰ ਲੈਣੀ ਚਾਹੀਏ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਮਸ਼ਹੂਰ ਹਾਂ। FM 95 ਤੋਂ ਮੈਂ ਪੰਜਾਬੀ ਦਾ ਪ੍ਰੋਗਰਾਮ ਸੁੱਖ ਵੇਲੇ ਦੀਆਂ ਗੱਲਾਂ ਵੀ ਕਰ ਰਿਹਾ ਹਾਂ, ਅਤੇ ਪੰਜਾਬੀ ਨਾਲ ਮੈਨੂੰ ਇਸ਼ਕ ਵੀ ਹੈ, ਪੰਜਾਬੀ ਮੇਰੀ ਜ਼ਬਾਨ ਹੈ, ਪੰਜਾਬੀ ਮੇਰੀ ਧਰਤੀ ਦੀ ਜ਼ਬਾਨ ਹੈ। ਲੇਕਿਨ ਆਜ ਮੈਂ ਚਾਹਤਾ ਹੂੰ ਕਿ ਮੈਂ ਆਪਣੀ ਜ਼ਬਾਨ ਮੇਂ ਵੀ ਬਾਤ ਕਰੂੰ, ਜੋ ਮੇਰੀ ਮਾਂ ਬੋਲੀ ਹੈ, ਜੋ ਜਿਸਨੇ ਮੁਝੇ ਪੈਦਾ ਕੀਆ। ਮੇਰੀ ਮਾਂ ਉਰਦੂ ਬੋਲਤੀ ਥੀ, ਮੇਰਾ ਬਾਪ ਉਰਦੂ ਬੋਲਤਾ ਥਾ, ਮੈਂ ਚਾਹੂੰਗਾ ਕਿ ਇਸਮੇਂ ਵੀ ਬਾਤ ਕੀ ਜਾਏ। ਡਾਕਟਰ ਸੁਗਰਾ ਸਦਫ ਸਾਹਿਬਾ ਤਸ਼ਰੀਫ ਲਿਆਏ ਨੇ, ਜਿਨ੍ਹਾਂ ਨੇ ਅੱਜ ਇਹ ਐਡਾ ਖੂਬਸੂਰਤ ਪ੍ਰੋਗਰਾਮ ਸਜਾਇਆ ਅਤੇ ਸਾਡਾ ਮਾਣ ਵਧਾਇਆ, ਅਤੇ ਡਾਕਟਰ ਸੁਗਰਾ ਸਦਫ ਵਾਸਤੇ ਬਹੁਤ ਸਾਰੀ ਤਾਲੀਆਂ ਜੀ। ਡਾਕਟਰ ਸਾਹਿਬ ਤੁਸੀਂ ਤਾਂ ਬਹੁਤ ਹੀ ਵੱਡੇ ਮਹਿਮਾਨ ਬਣ ਮੇਜ਼ਬਾਨ ਬਣਨ ਲੱਗੇ ਹੋ। ਅੱਛਾ ਤੋ ਮੈਂ ਇਹ ਕਹਿ ਰਿਹਾ ਥਾ ਕਿ ਫਿਰ ਉਸਕੇ ਬਾਅਦ ਮੈਂ ਆਪਕਾ ਸ਼ੁਕਰੀਆ ਅਦਾ ਕਰੂੰਗਾ ਕਿ ਆਪ ਤਮਾਮ ਲੋਕ ਆਜ ਯਹਾਂ ਆਏ ਔਰ ਬੇਇਨਤਹਾ ਇੱਜ਼ਤ ਦੀ ਹਮੇਂ। ਮੈਂ ਇਸਾਰ ਸੇ ਅਕਸਰ ਘਰ ਪਰ ਜਬ ਬਾਤ ਕਰਤਾ ਹੂੰ ਤੋ ਮੈਂ ਇਸਾਰ ਸਾਹਿਬ ਨਹੀਂ ਕਹਿਤਾ ਹੂੰ, ਬਲਕਿ ਮੇਰਾ ਲਹਿਜਾ ਕੁਛ ਔਰ ਹੋਤਾ ਹੈ। ਔਰ ਮੁਝੇ ਖੁਸ਼ੀ ਇਹ ਹੈ ਕਿ ਇਹ ਮੇਰਾ ਛੋਟਾ ਭਾਈ ਹੈ,
और जब अल्लाह की अदालत में कोई बात होगी इंसाफ की तो उसमें बड़े भाई का रोल भी बाप की तरह ही होगा, उससे भी पूछा जाएगा कि तुम ये बताओ कि तुमने अपने छोटे भाई की परवरिश कैसे की। मैं बड़ा मुतमईन हूं, लेकिन आज मैं एक बात इसार से कहूंगा कि इसने एक जुमला बार बार दोहराया कि हम बहुत गरीब हैं, हम बहुत गरीब हैं, हम बहुत गरीब हैं। और भाई गुर्बत के दिन निकल गए, गुर्बत के दिन चले गए, गुर्बत के दिन वो थे जब हमें कोई जानता नहीं था। मौला अली का फरमाने मुबारक है कि जिसके दोस्त होते हैं वो गरीब नहीं होता। तुम्हारे तो बहुत सारे दोस्त हैं, तो ये तमाम दोस्तियां रखने के बाद अगर हम अपने आप को गरीब कहें तो ये बहुत बुरी बात होगी। डॉक्टर साहिबा ने फिर कहीं जाना है और मुझे रास्ता देना पड़ेगा। बिस्मिल्लाहिर्रहमानिर्रहीम। बड़ी मोहब्बत ना सारे अपने दोस्तों नु वीरा नु जय नु आहनिया। मैं 6 बजे तकरीब शुरू करनी सी, पहले तो मैं जुर्माना करनी है ना, क्यों पहले शुरू की थी जी। असी ये तय किया सी कि असी 6 बजे तकरीब शुरू करांगे। ओ एक जिमखाना च कुछ दोस्त उत्थे भी इकट्ठे हुए ने, शोएब नजीर साहब मैं नजर आ रहे हैं माशाल्लाह। तो मैं ज्यों ज्यों वड्डे वड्डे बंदियां नू देख रही हूँ थोड़ी थोड़ी शर्मिंदा हो रही हूँ, लेकिन सारे मेरे इतने प्यार करने वाले दोस्त ने कि मैंने माफ़ कर देंगे। उत्थे शामी साहब और सारे मौजूद रहे, मैं चाह पीते बगैर आ गई हूँ, बस जब दरम्यान रश से थोड़ा जहाँ दी तो इसार राना बारे गल करांगी। बहरहाल कितना खूबसूरत इंसान इसार राना, और असी जी सबूत देख रहे हैं किस तरह हाल भरिया होया। साढ़े जेन चे सी कि एक छोटी जी गैट टूगैदर होगी जिद 30 या 35 लोग आएंगे और असी या आर्ट गैलरी चो करांगे या हाल नंबर 2 च करांगे। जदो मैं राती लोगों नू जाहिर है कि बहुत पहले असी ये कोई प्लान भी नहीं किया सी, साड़ी जुमेरात नू एक आम जी बैठक होंदी है ते मैं जदो राती लोगों नू कार्ड भेज रही सी, जिन्हू कार्ड मिल रहा सी वो कह रहे सी मैं इंशाल्लाह हाजिर होवांगा, मैं इंशाल्लाह आवांगा। तो मैं परेशान हो गई कि असी तो बुकिंग दिती हुई है साल की भी, तो बड़ी परेशानी की गल है। बहरहाल मैं समझनी हूँ कि यही कमाई होंगी है कि किसी शख्सियत नाल तुसी इतनी मुहब्बत करो कि एक कॉल ते तुसी आ जाओ सारे। तो मैं इसारा नू मेरे ख्याल है कि पिछले 20-25 साल तो जाननी हाँ, यानी असी निके निके मिले सी। तो बहुत ही अच्छा इंसान, हमेशा पॉजिटिव, और सब तो वड्डी गल यही होंगी है कि बंदा पॉजिटिव सोच रखे और दूसरों नाल जिहड़ा रवैया है तुहाड़ा, क्योंकि रोटी तो किसी ने किसी नहीं देनी, एक अच्छी गुफ्तगू एक रवैया जिंदगी की तरफ लोगों की तरफ, वो हमेशा इसार कोलों असी सिखिया भी देखिया भी और दुआवां भी कीतियां ने इन्हां वास्ते। तो मीडिया की बड़ी मैं ममनून हाँ, साफ़ी सारे साढ़े बहुत अच्छे दोस्त भी ने और बहुत अच्छे वेलविशर ने पिलाख दे, अगर पिलाख ने अज कोई काम किया है तो तुहाड़ी वजह तो पूरी दुनिया में देखा गया जानिया गया टीवी की वजह तो अखबार की वजह तो, और बहुत ज़्यादा एक कवरेज देना मेरे ख्याल भी अपनी माँ बोली नाल अपने कल्चर नाल मुहब्बत का सबूत है, और माँ नाल भी मेरे को आते हैं और माँ नाल मैं भी आवाज़ देनी हाँ। और जदों भी कोई भी तकरीब होंगी है मेरे ख्याल साफिया की कोई ओथ टेकिंग है कोई भी, तो वह इस हाल च होंगी। अगले दिन मैं एक बंदे ने कहा कि मैं कि मैं तुम्हें अलहमरा को हाल लै दिनी हाँ, तो साढ़े को एक ही हाल है, उन्होंने कहा नहीं है सानू हाल अपना हाल लगता है क्योंकि तुम साढ़े अपने हो। तो मेरे वाले भी अपनाइए जी बड़ी मुहब्बत, तो मैं गल्ला तो बड़िया करना चाहनी हाँ कर भी सकनी हाँ, लेकिन मैं कहनी हाँ कि बाकी लोग भी गल्ला कर लैन, और मेरा भरा एक जरा मेरे नाल बैठ खलोता है। तो बिस्मिल्ला, अपने भरा वास्ते कंपेयरिंग करनी कैसी लग रही है? बहुत आपका शुक्रिया अदा करेंगे, हमारी बहन है और अफसर भी है। मैं ये कह रहा था कि इसार से कि अब ये गुर्बत का जो एक है ना, ये हम आप हटा देना चाहिए, अब हम बहुत अमीर हैं, आप हमारे सारे भाई हैं दोस्त हैं। और दूसरी बात ये कि जो सबसे सच्ची बात है वो ये है कि हमने जितना अरसा भी अब तक 20-25 साल काम हो गए करते हुए, तो मैं ये समझता हूँ कि हम पर खुदा ना खास्ता किसी तरह का कोई धब्बा नहीं है, कोई हम पर ऐसा नहीं है इल्ज़ाम के जिसको हम सुनने के बाद शर्मिंदा हो रहे हों। तो जब हमने काम ऐसा किया तो फिर हमें अफसुर्दा नहीं होना चाहिए। अल्लाह ने हमें तमाम कुछ वो दिया है कि जो वो अपने अच्छे बंदों को देता है। मैं आपके दरमियान ज़्यादा हायल नहीं होऊंगा और इसार को सिर्फ एक ही बात कहूँगा कि रखते हैं जो औरों के लिए प्यार का जज्बा, वो लोग कभी टूट कर बिखरा नहीं करते। अल्हम्दुलिल्लाह जब भी
और हम दोनों भाइयों के लिए ये शेर है कि जब कोई मुझको तोड़ देता है, जब कोई हमको तोड़ देता है, मेरा रब फिर से जोड़ देता है। तो बस इतनी सी बात है, और बाकी आप लोगों को अल्लाह सलामत रखे, आप लोगों का साथ रहे। हम इसी तरह से अमीर हैं और इसी तरह से मोहब्बत करने वाले बहुत सारे हमारे साथ हैं। बहुत शुक्रिया आपकी तशरीफ। जी डॉक्टर अरशद साहब तशरीफ लाए ने और इस टाइम इसार राणा नाल तशरीफ रख रहे ने, डॉक्टर सुग्रा भी बैठिया ने। दोस्ती का दावा किया आशिकी से क्या मतलब, मैं तेरे फकीरों में मैं तेरे गुलामों में। किसी भी तारुफ के मोहताज नहीं जनाब शुएब बिन अजीज साहब आए और आके कोई दो चार लफ्ज इसार राणा के। बहुत शुक्रिया जी। ठीक है, जल्दी जल्दी बस अली अहमद टेलू साहब नूं दरखास्त करने हैं कि ऊपर स्टेज के उत्ते प्लीज तशरीफ लिया। प्लीज आओ सर। नवीद चोई साहब प्लीज तशरीफ लिया, आ जाओ। टेलू साहब प्लीज तशरीफ लिया, आ जाओ। नईम हनीफ तशरीफ लाए ने। शुएब साहब मेरे दोस्तों साथियों सजनों किधर ही बैठे हैं यार, मन दसो मेरे नाल इंसान आने ने वादा किया सी कि मैं एक शामिल तौर पे हाजिर दांगा ते गल बात तो मन मंजूर समझा जाएगा, लेकिन साढ़े नाल पहली दफा नहीं होया वादे तोड़ने वाली बात है। सच्ची गल मेरे और इसार राणा के दरमियान बहुत सारी गलां मिश्रे। इसार राणा ने खुद सेल्फ पेड़ की गल की है, मैं समझना कि एक मखसूस माने कोई आदमी भी सेल्फ पेड़ नहीं होता, लेकिन कुदरत जिसलै कोई चीज़ बदियत करती है, कोई हुनर देती है और उसकी बुनियाद पर कोई बंदा अपने आप को अगर बढ़ाता है तो असं सेल्फ मेड कह सकते हैं। और मैं जाती तौर पर समझना कि इस हवाले नाल इसार राणे नाल जिहड़ा मेरा ताल्लुक है, जिहड़ी मेरी दोस्ती है, मेरा छोटा भाई है, वो मेरे वास्ते फखर दी गल। मेरी दुआ है कि इसार राणे वास्ते अल्लाह ताला मजीद कामयाबियाँ ये वास्ते तौफीक करे और अरसा करे। और मैं सोचा सजब इस अदारे मुबारकबाद देना कि उन्हें इन्नी अच्छी सुची और खरी महफिल सजाई है जिते सचिया गल् हो रही ने और सचिया गल् सुनिया जा। थैंक यू जी। इस तो बाद बेनती करने हैं राबिया रहमान होरां नूं कलम निगार ने आन और आके की वरत्या, किवें सभा समझिया, किवें जाणिया इसार राणा होरां नूं, उन्हां दे उत्ते कुछ चार सत्रां कुछ चार अख। वो कौन सा उगता है जो वाह हो नहीं सकता, वो कौन सा उगता है जो वाह हो नहीं सकता, हिम्मत करे इंसान तो क्या हो नहीं सकता। कामयाबी की सबसवारी की आरजू और मकसूद मंदी की सबस परी की ख्वाहिश किसके दिल में नहीं होती। हर कोई दुनिया के इस बाग में एजाज और इम्तियाज के खूबसूरत गुलों से हमकनार होना चाहता है। कामयाबी का खुश रंग हीरा और शोहरत शोहरत दवाम का लैली ने ताज और इकबाल दौलत का दिलकश उमामा उसकी जिंदगी की जीनत बने को नहीं चाहता। उसी सफर का एक मुसाफिर इसार साहब भी हैं। वो हिम्मत इस्तिकलाल का तीर और तरकश लिए पुरखतर रास्तों पर और पुरखार जिंदगी पर चले आ रहे हैं। रास्ते की मुश्किलात कुछ यूं थी कि बचपन में ही उन्होंने मुशक्कत का रास्ता अपना लिया। सुबह स्कूल जाते, शाम को अखबार भेजते, जहाँ कहीं इस मासूम से बच्चे को नींद आती
वहीं बाजू का तकिया किए सो जाते। न माँ की लोही की जरूरत पड़ती और ना ही नर्म बिस्तर की। कभी एक वक्त की रोटी मिलती तो शुक्र करते। दुनिया को फुटपाथ पर बैठकर देखने वाले इस मासूम बच्चे की गाड़ी का शीशा आज कोई फकीर खटखटाता है तो इसको कभी खाली हाथ नहीं जाने देते। कोई किसी इशारे पेशाब की अखबार बेचने वाला नजर आता है तो ये उससे हमेशा इसलिए अखबार खरीद लेते हैं कि शायद इस बच्चे ने सुबह अपनी फीस जमा करके पैसे अदा करने हों। उनकी आंखों में बेसबब बात करते करते अक्सर नमी सी आ जाती है कि माजी की कोई ना कोई तल्ख याद या भूखे पेट सोने के वो लम्हात उनको याद आ जाते हैं। उन्होंने जिंदगी में मेहनत करना सीखी मगर खुद को बेचना नहीं सीखा। उनके अंदर आजजी है, उनके अंदर आजजी है। वो पसे मंजर में रह के आज भी अपने गिर्द रहने वाले लोगों की के दाएं हाथ से खुफिया तौर पे मदद करते हैं और हमारे बेहतरीन साथी, बेहतरीन भाई, बेहतरीन दोस्त और बेहतरीन उस्ताद हैं और सहाफत के तमाम रमूज से वाकिफ हैं। अपने पास आके सीखने वालों को हथेली पे सरसों जमाने नहीं देते बल्कि शोभा